it's not a game, it's a rich thing. ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਯਾਰ। ਮੋਡੀਫਾਈਡ ਕਲੱਬ ਦੀ ਇੱਕ ਨਵੀਂ ਵੀਡੀਓ 'ਚ ਬਹੁਤ ਬਹੁਤ ਸਵਾਗਤ ਹੈ। ਅਸੀਂ ਅੱਜ ਪਹੁੰਚੇ ਹਾਂ ਗਿੱਲ ਭਰਾ ਕੋਲ, ਗਿੱਲ ਕਾਰ ਆਡੀਓ 'ਤੇ। ਬਹੁਤ ਹੀ ਸੋਹਣਾ ਟਰੈਕਟਰ ਲੈ ਕੇ ਪਹੁੰਚੇ ਹਾਂ ਗਿੱਲ ਭਰਾ ਦੀ ਪਹਿਲੀ ਵੀਡੀਓ ਗਿੱਲ ਕਾਰ ਆਡੀਓ 'ਤੇ ਆ ਕੇ ਸਾਡੀ ਅਤੇ ਭਰਾ ਨੂੰ ਮਿਲਦੇ ਹਾਂ, ਆਪਾਂ ਸਾਰੀ ਗੱਲ ਵੀ ਦੱਸਦੇ ਹਾਂ। ਉਸ ਤੋਂ ਪਹਿਲਾਂ ਟਰੈਕਟਰ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਮੈਂ ਤੁਹਾਨੂੰ ਦੇਣਾ ਚਾਹੁੰਦਾ। ਜਿਹਦੇ 'ਚ ਲੱਗੇ ਆ ਇੱਥੇ 10 ਸਬਵੂਫਰ, ਮੈਸੀ ਹੈ, ਪੀਟਰ ਬੈਲਟ ਲਿਖਾਇਆ ਗਿਆ, ਸਾਰੀ ਡਿਟੇਲ ਦੱਸਾਂਗਾ। ਪੂਰੀ ਦੀ ਪੂਰੀ 4.5 ਲੱਖ ਰੁਪਏ ਦਾ ਤਕਰੀਬਨ ਖਰਚਾ ਇਸ ਟਰੈਕਟਰ 'ਤੇ ਹੋ ਚੁੱਕਾ ਵਾ। ਕਿਹੜਾ ਮਾਡਲ ਹੈ, ਕੀ ਪਰਫੋਰਮੈਂਸ ਦਿੰਦਾ ਹੈ, ਕਿੱਦਾਂ ਮਿਊਜ਼ਿਕ ਸਿਸਟਮ ਵੱਜਦਾ, ਪੂਰੀ ਡਿਟੇਲ ਤੁਹਾਨੂੰ ਦੱਸਾਂਗੇ। ਬਸ ਤੁਸੀਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰ ਦਿਓ ਅਤੇ ਗਿੱਲ ਭਰਾ ਨੂੰ ਪਿਆਰ ਦਈਓ ਪੂਰਾ, ਕਿਉਂਕਿ ਤੁਸੀਂ ਬਹੁਤ ਡਿਮਾਂਡ ਕੀਤੀ ਸੀ ਕਿ ਗਿੱਲ ਭਰਾ ਕੋਲ ਜਾਓ ਅਤੇ ਭਰਾ ਕੋਲ ਸਾਰੀ ਜਾਣਕਾਰੀ ਲਓ ਕਿ ਕਿੱਦਾਂ ਕਿੱਦਾਂ ਕੀ ਕੰਮ ਹੁੰਦੇ ਆ। ਭਰਾ ਦਾ ਟਰੈਕਟਰ ਹੈ, ਭਰਾ ਨੂੰ ਮਿਲਦੇ ਆ। ਪਹਿਲੇ ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਆਪਣਾ ਨਾਮ ਦੱਸੋ ਪਹਿਲੇ। ਭਾਈ ਹੀਰਾ। ਭਾਅ ਜੀ, ਇੰਸਟਾਗ੍ਰਾਮ 'ਤੇ ਤਾਂ ਗਾ ਪਾਇਆ ਤਾ ਤੁਸੀਂ ਪੂਰਾ ਅਤੇ ਟਰੈਕਟਰ ਤੇ 4.5 ਲੱਖ ਰੁਪਏ ਲਾਤਾ। ਹਾਂਜੀ ਹਾਂਜੀ, 10 ਸਬਵੂਫਰ। ਹਾਂਜੀ ਭਾਈ, ਪਾਵਰ ਵੀ ਕਰਾਇਆ। ਹਾਂਜੀ ਪਾਵਰ ਵੀ ਭਾਈ, ਸਾਰੀ ਡਿਟੇਲ ਦੱਸਾਂਗੇ। 90% ਟਰੈਕਟਰ ਦਾ ਕੰਮ ਗਿੱਲ ਭਰਾ ਕੋ ਆ। ਗਿੱਲ ਤੋਂ ਹੀ ਹੋਇਆ ਭਾਈ ਤੇ ਗਿੱਲ ਭਰਾ ਨੂੰ ਮਿਲਦੇ ਆਪਾਂ। ਭਾਜੀ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ, ਠੀਕ ਹੈ ਭਾਜੀ। ਤੇ ਗਿੱਲ ਭਰਾ ਆ ਚੁੱਕਾ ਜੀ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ, ਤੇ ਇਸ ਤੋਂ ਬਾਅਦ ਬੈਕ ਟੂ ਬੈਕ ਵੀਡੀਓਜ਼ ਦਾ ਗਾ ਪਊਗਾ ਪੂਰਾ। ਤੇ ਭਰਾ ਨੂੰ ਪੁੱਛਦੇ ਆ ਭਾਜੀ, ਪੂਰੀ ਡਿਟੇਲ ਦੱਸੋ ਟਰੈਕਟਰ ਦੀ, ਸਾਰਾ ਦਾ ਸਾਰਾ ਤੁਸੀਂ ਮੋਡੀਫਾਈ ਕੀਤਾ। ਹਾਂਜੀ ਭਾਜੀ, ਬੰਪਰ ਐਕਸਟੈਂਡ ਤੋਂ ਲੈ ਕੇ ਸਾਰਾ ਏ ਟੂ ਜ਼ੈਡ। ਹਾਂਜੀ 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 ਹਾਂਜੀ, ਤੇ 4.5 ਲੱਖ ਰੁਪਏ ਭਰਾ ਕਹਿੰਦਾ ਲੱਗ ਗਿਆ ਟੋਟਲ। ਲੱਗ ਗਿਆ ਭਾਜੀ। ਹਾਂਜੀ, ਤੇ ਟੂਰ ਵੀ ਕੱਢਦੀ ਪੂਰੀ। ਹਾਂਜੀ ਹਾਂਜੀ, ਇਹ ਹੈ ਜੀ ਪੰਜਾਬ ਦੀ ਰਾਇਲ ਲਾਈਫ। ਗੱਡੀਆਂ ਨਾਲੋਂ ਵੱਧ ਟਰੈਕਟਰਾਂ ਨੂੰ ਪਿਆਰ ਕੀਤਾ ਜਾਂਦਾ ਤੇ ਟਰੈਕਟਰਾਂ ਨੂੰ ਜ਼ਿਆਦਾ ਸ਼ਿੰਗਾਰਿਆ ਜਾਂਦਾ, ਆਪਣੇ ਨਾਲੋਂ ਵੱਧ ਟਰੈਕਟਰਾਂ ਨੂੰ ਸ਼ਿੰਗਾਰਿਆ ਜਾਂਦਾ। ਤੇ ਆਪਾਂ ਗੱਲ ਕਰਦੇ ਹਾਂ ਸਟਾਰਟ ਭਾਜੀ, ਸਭ ਤੋਂ ਪਹਿਲੇ ਬੰਪਰ ਦੀ ਗੱਲ ਕਰੀਏ। ਬੰਪਰ ਦੀ ਕੀ ਲੈਂਥ ਹੈ ਤੇ ਕੀ ਵੇਟ ਆ? ਇਹ ਭਾਈ 34 ਇੰਚ ਆ ਜੀ। 34 ਇੰਚ ਦਾ ਤੇ ਵੇਟ ਕਿੰਨਾ ਹੋਊਗਾ ਇਹਦਾ? ਵੇਟ ਭਾਜੀ 1 ਕੁਇੰਟਲ ਤੋਂ ਉੱਤੇ ਹੀ ਆ ਜੀ। 1 ਕੁਇੰਟਲ ਤੋਂ ਉੱਤੇ ਹੋਊਗਾ। ਤੇ ਤੁਸੀਂ ਦੇਖ ਸਕਦੇ ਹੋ ਬੰਪਰ ਮੈਸੀ ਨੂੰ ਜਦੋਂ ਐਕਸਟੈਂਡ ਕਰਾ ਕੇ ਲਾਇਆ ਜਾਂਦਾ, ਮੈਸੀ ਬਾਕੀ ਟਰੈਕਟਰ ਨਾਲੋਂ ਨੀਵਾ ਥੋੜਾ ਟਰੈਕਟਰ। ਹਾਂਜੀ ਹਾਂਜੀ, ਇਹਨੂੰ ਜਚਦਾ ਵਾ ਜਦੋਂ ਐਕਸਟੈਂਡ ਕਰਾ ਕੇ ਬੰਪਰ ਲੱਗ ਜਾਂਦਾ, ਉੱਚਾ ਕਰਾ ਕੇ ਲੱਗਦਾ। ਹਾਂਜੀ ਹਾਂਜੀ, ਤੇ ਸੋਹਣਾ ਲੱਗ ਰਿਹਾ। ਉਸ ਤੋਂ ਬਾਅਦ ਬਾਰ ਲਾਈਟ ਲੱਗੀ ਆ ਨੀਚੇ, ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ। ਰੂਟਸ ਤੇ 4 ਹੋਰਨ ਲੱਗੇ ਆ, 1, 2, 3, 4 ਤੇ ਨੀਚੇ ਲੱਗੀ ਆ ਬਾਰ ਲਾਈਟ ਜਿਹੜੀ ਫੁੱਲ ਸਾਈਜ਼ ਵਾਲੀ। ਹਾਂਜੀ ਭਾਅ ਜੀ, 42 ਇੰਚ ਜੀ। ਤੇ 2 ਬਾਰ ਲਾਈਟ ਫਰੰਟ ਸਾਈਡ ਤੇ ਦੇ ਦਿੱਤੀਆਂ ਗਈਆਂ, ਟਰੈਕਟਰ ਮਤਲਬ ਜ਼ਬਰਦਸਤ ਲੁੱਕ ਦੇ ਨਾਲ ਹੈ। ਇਸ ਤੋਂ ਬਾਅਦ ਮੈਸੀ ਦੀ ਜਿਹੜੀ ਮੈਂ ਫਰੰਟ ਜਾਲੀ ਦੇ ਬਾਰੇ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣਾ ਚਾਹੁੰਦਾ ਭਾਅ ਜੀ, ਇਹਨੂੰ ਪਹਿਲੇ ਟੇਪਿੰਗ ਕੀਤੀ। ਹਾਂਜੀ ਭਾਅ ਜੀ। ਉਸ ਤੋਂ ਬਾਅਦ ਹੈੱਡਲਾਈਟਸ ਨੂੰ ਰਿਵਰਸ ਕਟਿੰਗ ਕਰਕੇ ਲਗਾ ਦਿੱਤਾ ਗਿਆ ਬਾਜ। ਹਾਂਜੀ ਹਾਂਜੀ ਭਾਅ ਜੀ। ਭਾਅ ਜੀ, ਇੰਨਾ ਜੇ ਛੋਟਾ ਜਿਹਾ ਕੰਮ ਇੰਨਾ ਗਿਆ, ਮਤਲਬ ਮੋਡੀਫਿਕੇਸ਼ਨ ਸੋਹਣੀ ਹੋ ਗਈ। ਹਾਂਜੀ, ਇੰਨੀ ਚੀਜ਼ 'ਚ ਕਿੰਨਾ ਪੈਸਾ ਲੱਗ ਜਾਂਦੇ? ਇੰਡੀਕੇਟਰ ਵੀ ਕੀਤਾ ਹੈ, ਬਾਹਲਾ ਖਰਚਾ ਨਹੀਂ ਭਾਅ ਜੀ, ਨੋਰਮਲ ਹੈ, ਕੋਸਟਲੀ ਐਵੇਂ ਕਹੀ ਜਾਈਏ। ਕਿੰਨੇ ਕੁ ਪੈਸੇ ਲੱਗੇ? ਬਾਹਲਾ ਨਹੀਂ ਹੈਗਾ, 500-600 ਦਾ ਖਰਚਾ ਹੀ ਹੈ ਭਾਅ ਜੀ ਸਾਰਾ ਇਹ। 500-600 ਰੁਪਏ ਦਾ ਦੇਖਣ ਨੂੰ ਬਾਹਲਾ ਘੈਂਟ ਲੱਗਦਾ ਭਾਅ ਜੀ। ਹਾਂਜੀ, ਮਤਲਬ ਉਹੀ ਮੈਂ ਦੱਸਣਾ ਚਾਹੁੰਦਾ ਸੀ ਆਪਣੇ ਦੋਸਤਾਂ ਨੂੰ ਕਿ 500-600 ਰੁਪਏ ਦੇ ਵਿੱਚ ਵੀ ਤੁਸੀਂ ਇੱਕ ਟਰੈਕਟਰ ਨੂੰ ਸੋਹਣੀ ਜੀ ਮੋਡੀਫਿਕੇਸ਼ਨ ਦੇ ਸਕਦੇ ਹੋ। ਬਿਲਕੁਲ ਬਿਲਕੁਲ, ਤੇ ਕਰੀ ਤੁਸੀਂ ਗਿੱਲ ਭਰਾ ਕੋ ਜ਼ਰੂਰ ਆਈਓ, ਕਿਉਂਕਿ ਤੁਹਾਨੂੰ ਨਾ ਇੱਕ ਡੀਸੈਂਟ ਰੇਟ ਦੇ ਵਿੱਚ ਡੀਸੈਂਟ ਮੋਡੀਫਿਕੇਸ਼ਨ, ਮਤਲਬ ਘੱਟ ਪੈਸਿਆਂ 'ਚ ਤੇ ਸੋਹਣਾ ਟਰੈਕਟਰ, ਜੇ ਮੈਂ ਕਹਾਂ ਪੰਜਾਬੀ 'ਚ ਤਿਆਰ ਕਰ ਦਿੱਤਾ ਜਾਂਦਾ ਇੱਥੇ ਤੇ, ਬਿਲਕੁਲ ਇਹ ਕੰਮ ਹੋਊਗਾ। ਜਾਇਜ਼ ਰੇਟ ਦੇ ਉੱਤੇ ਜਾਇਜ਼ ਕੰਮ ਕੀਤਾ ਜਾਏਗਾ। ਇਹ ਨਹੀਂ ਕਿ 4 ਸਬਵੂਫਰ ਦੀ ਪੇਟੀ ਦੇ ਨਾਲ ਜੀ ਤੁਸੀਂ 2 ਲੱਖ ਲਾਉਣਾ, 2.5 ਲੱਖ ਲਾਉਣਾ, 3 ਲੱਖ, ਇੱਦਾਂ ਨਹੀਂ। ਤੁਹਾਡੀ ਜੇਬ ਵੀ ਬਚਾਈ ਜਾਊਗੀ ਅਤੇ ਤੁਹਾਡਾ ਟਰੈਕਟਰ ਵੀ ਘੈਂਟ ਤਿਆਰ ਕੀਤਾ ਜਾਊਗਾ, ਇਹ ਪ੍ਰੋਮਿਸ ਮੋਡੀਫਾਈਡ ਕਲੱਬ ਲੈਣ ਨੂੰ ਤਿਆਰ ਹੈ। ਅਤੇ ਇਸ ਤੋਂ ਬਾਅਦ ਮੈਂ ਗੱਲ ਕਰਦਾ ਹਾਂ 2 ਫੁੱਟੇ ਟਾਇਰਾਂ ਬਾਰੇ, ਜਿਹੜੇ ਕਿ ਤੁਹਾਨੂੰ ਮੈਂ ਕਾਫੀ ਵਾਰ ਦੱਸੇ ਆ 2 ਫੁੱਟੇ ਟਾਇਰ। ਭਾਅ ਜੀ, ਇਹਨੂੰ ਸਪੇਸਰ ਯੂਜ਼ ਕੀਤੇ? ਨਹੀਂ, ਹਾਂ, ਡਾਇਰੈਕਟ ਫਿਟਮੈਂਟ 'ਚ ਹੀ ਅੱਜ ਕੱਲ੍ਹ ਆ ਚੁੱਕੇ ਆ। ਐਮਆਰਐਲ ਕੰਪਨੀ ਦੇ ਟਾਇਰ ਯੂਜ਼ ਕੀਤੇ ਗਏ ਆ, ਬਲੈਕ ਹੀ ਭਾਅ ਜੀ ਨੇ ਰਿਮ ਰੱਖੇ ਆ ਅਤੇ ਡਾਇਰੈਕਟ ਫਿਟਮੈਂਟ ਹੈ, ਕੋਈ ਇਹਦੇ 'ਚ ਸਪੇਸਰ ਨਹੀਂ ਯੂਜ਼ ਕੀਤੇ, ਕੁਛ ਨਹੀਂ ਕੀਤੇ। ਅਤੇ 2 ਫੁੱਟੇ ਟਾਇਰਾਂ ਦੇ ਭਾਅ ਜੀ ਕਿੰਨਾ ਕੁ ਖਰਚਾ ਆ ਗਿਆ ਸੀ? ਇਹ ਵਿੱਚ ਇਨਕਲੂਡ ਹੈ 4.5 ਲੱਖ ਦੇ, ਹੈਨਾ? ਸਾਰਾ ਖਰਚਾ ਇਨਕਲੂਡ ਹੈ ਭਾਜੀ। ਗਿੱਲ ਭਾਜੀ, ਮਿਊਜ਼ਿਕ ਸਿਸਟਮ ਲੱਗਾ ਬਹੁਤ ਹੈਵੀ, 10 ਸਬਵੂਫਰ ਲੱਗੇ ਆ। ਬਿਲਕੁਲ ਜੀ। ਤੇ ਜਾਣਕਾਰੀ ਸਾਨੂੰ ਥੋੜੀ ਅਲਟੀਨੇਟਰ ਬਾਰੇ ਵੀ? ਅਲਟੀਨੇਟਰ ਭਾਜੀ 2 ਲਾਏ ਆ ਇਹਨੂੰ, ਜਦੋਂ ਬਾਹਲੇ ਉਧਰ ਸੈੱਟ ਨਹੀਂ ਸੀ ਆਉਂਦਾ ਤੇ ਬੰਪਰ ਦੇ ਨਾਲੇ ਫਿਟਿੰਗ ਕੀਤੀ ਹੋਆ ਭਾਜੀ ਦੀ। ਬਿਲਕੁਲ ਆ, ਬੰਪਰ ਦੇ ਨਾਲ ਹੀ ਲੱਗਾ, ਬਾਅਦ ਤੁਸੀਂ ਦੇਖ ਸਕਦੇ ਹੋ, ਕਲੋਜ਼ ਅਪ ਦਿੰਨਾ ਮੈਂ ਤੁਹਾਨੂੰ ਥੋੜਾ ਜਿਹਾ। ਤੇ 90 ਐਮਪੀਅਰ ਦੇ ਭਾਜੀ 2 ਅਲਟੀਨੇਟਰ ਆ ਤੇ 2 ਬੈਟਰੀਆਂ ਹੋ ਗਿਆ। ਹਾਂਜੀ 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 ਭਾਜੀ, ਟੋਟਲ 180 ਐਮਪੀਅਰ ਲੱਗ ਗਏ, 10 ਸਬਵੂਫਰ ਹੁਣ ਘੈਂਟ ਵੱਜਦੇ ਆ, ਪਾਵਰ ਪੂਰੀ ਹੁਣ ਐਨ ਪੂਰੇ ਹੈ ਜੀ। ਤੇ ਬੈਟਰੀ ਭਾਜੀ? ਬੈਟਰੀਆਂ ਵੀ 2 ਆ ਭਾਜੀ, ਬੈਟਰੀਆਂ ਵੀ 2 ਹੀ ਆ ਨਾ ਭਾਜੀ, ਪਰਲੇ ਬੰਨੇ ਲੱਗੀ ਆ, ਇੱਕ ਅੰਦਰ ਹੀ ਆ ਭਾਜੀ। ਠੀਕ ਹੈ ਵੀਰੇ, ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਵਰ ਦਾ ਜਿਹੜਾ ਕੰਮ ਕੀਤਾ ਉਹ ਦਿਖਾਈਏ ਗਿੱਲ ਭਰਾ। ਹਾਂਜੀ ਭਾਜੀ, ਆਇਓ ਜਰਾ, ਤੁਹਾਨੂੰ ਪਾਵਰ ਵਾਲਾ ਕੰਮ ਦਿਖਾਉਂਦੇ ਆ ਥੋੜਾ ਜਿਹਾ ਭਾਜੀ। ਪਾਵਰ ਸਟੀਅਰਿੰਗ ਲਾਇਆ, ਮੋਰਲਾ ਹਿੱਸਾ ਵੀ ਸਾਰਾ ਭਾਜੀ ਚੇਂਜ ਕੀਤਾ ਤੇ ਪੰਪ ਪੰਪ ਲਾ ਕੇ ਭਾਜੀ ਪੰਪ ਆ ਲੱਗੇ ਆ, ਇਹਦੇ ਅੰਦਰ ਵੀ ਸਾਰਾ ਸਟੀਅਰਿੰਗ ਦਾ ਚੇਂਜ ਕੀਤਾ ਹੈ ਭਾਜੀ ਟੋਟਲ ਸਾਰਾ। ਭਾਜੀ, ਇਹ ਸਾਰਾ ਕੰਮ ਤੁਸੀਂ ਕੀਤਾ? ਨਹੀਂ ਭਾਜੀ, ਅੱਗੇ ਕਰਵਾ ਕੇ ਹੀ ਦੇਈਦਾ ਕਹਿੰਦਾ। ਅੱਛਾ, ਤੁਸੀਂ ਕਹਿ ਕੇ ਕਰਵਾ ਦਿੰਦੇ, ਮਤਲਬ ਸਾਰਾ ਟਰੈਕਟਰ ਤੁਹਾਡੇ ਕੋਲ ਲੈਣਾ, ਕੰਮ ਤੁਸੀਂ ਆਪੇ ਕਰਾ ਦੇਣਾ ਸਾਰਾ?
ਪਰ ਅੜੀਆ ਸਟੇਬਲ ਬਾਲਾ ਔਖਾ ਹੁੰਦਾ ਜਿੱਦਾਂ ਕਹਿਣ ਦਾ ਮੀਨ ਭਾਜੀ ਹੋ ਜਾਂਦਾ ਟਾਈਮ ਜ਼ਿਆਦਾ ਲੱਗਦਾ ਹਾਂਜੀ ਹਾਂਜੀ ਕਰ ਸਕਦਾ ਉਹਨੂੰ ਤੇ ਮੈਂ ਉਸ ਤੋਂ ਬਾਅਦ ਗੱਲ ਕਰਾਂ ਇਹਦੇ ਸਲੈਂਸਰ ਦੀ ਐਗਜ਼ੌਸਟ ਦੀ ਮੈਨੂੰ ਫਿਟਿੰਗ ਬਹੁਤ ਵਧੀਆ ਲੱਗੀ ਅਧਰੋਂ ਕੱਢ ਕੇ ਕਈਆਂ ਨੇ ਬਹੁਤ ਕੁਝ ਕੀਤਾ ਕਰੋਮ ਦਾ ਬਹੁਤ ਉੱਚਾ ਲਾਤਾ ਭਾਰੇ ਵਾਲਾ ਹੈਵੀ ਲਗਾਤਾ ਬਟ ਇਹ ਦੇਖੋ ਜੀ ਤੁਸੀਂ ਇਹਦੀ ਫਿਟਮੈਂਟ ਜਿਹੜੀ ਹੈ ਨਾ ਇੱਕ ਅਲੱਗ ਤਰ੍ਹਾਂ ਦਿੱਤੀ ਗਈ ਇੱਕ ਸਪੋਰਟਸ ਮਾਡਲ ਪੀਟਰ ਬੈਲਟ ਬਣਾ ਦਿੱਤਾ ਗਿਆ ਪੂਰਾ ਮਤਲਬ ਯੰਕੀ ਵਾਲਾ ਭਾਜੀ ਦੋਨੋਂ ਵਰਕਿੰਗ ਹੈ ਹਾਂਜੀ ਭਾਜੀ ਦੋਨੋਂ ਵਰਕਿੰਗ ਤੇ ਆਪਾਂ ਇੱਕ ਵਾਰੀ ਸਟਾਰਟ ਕਰੀਏ ਐਗਜ਼ੌਸਟ ਦੀ ਆਵਾਜ਼ ਵੀ ਸੁਣਾਈਏ ਤੁਸੀਂ ਹਰ ਵਾਰ ਕਮੈਂਟ ਕਰਦੇ ਹੋ ਕਿ ਐਗਜ਼ੌਸਟ ਦੀ ਆਵਾਜ਼ ਜ਼ਰੂਰ ਸੁਣਾਇਆ ਕਰੋ ਤੇ ਤੁਹਾਡੇ ਲਈ ਸੁਣਾਉਣ ਲੱਗੇ ਹਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੀਓ ਇਸ ਵੀਡੀਓ ਨੂੰ ਕਿਉਂਕਿ ਵੀਡੀਓ ਹੈ ਬੰਬ ਤੇ ਆਹ ਦੇਖੋ ਜੀ ਦੋਨੋਂ ਦੇ ਦੋਨੋਂ ਵਰਕਿੰਗ ਹੈ ਤੁਸੀਂ ਦੇਖ ਸਕਦੇ ਹੋ ਭਾਜੀ ਰੇਸ ਦੀ ਜੋ ਥੋੜ੍ਹੀ ਇਹ ਐਗਜ਼ੌਸਟ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਜ਼ਬਰਦਸਤ ਭਾਜੀ ਕਰਿਓ ਬੰਦ ਸੋਹਣਾ ਕੰਮ ਡੀਸੈਂਟ ਕੰਮ ਤੁਹਾਡੀ ਪਸੰਦ ਦੇ ਅਨੁਸਾਰ ਜਿੰਨਾ ਕੁ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ ਸਾਰਾ ਕਰ ਦਿੱਤਾ ਗਿਆ ਬਹੁਤ ਸੋਹਣਾ ਕੰਮ ਕੀਤਾ ਇਸ ਤੋਂ ਬਾਅਦ ਮੈਂ ਦਿਖਾਉਣਾ ਚਾਹੁੰਦਾ ਭਾਜੀ ਆਓ ਅੱਗੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਇਹ ਸਕਰੀਨ ਬਾਰੇ ਵੀ ਜਾਣਕਾਰੀ ਦਿਓ ਬੈਕ ਕੈਮਰਾ ਆਓ ਜੀ ਅੱਗੇ ਆਓ ਸਕਰੀਨ ਦਿਖਾਓ ਬੇਟਾ ਤੇ ਆਹ ਦੇਖੋ ਜੀ ਸਕਰੀਨ ਦੇਖੋ ਇਹ ਹੈ ਬੈਕ ਕੈਮਰਾ ਲਗਾਇਆ ਜਦੋਂ ਐਡੀ ਵੱਡੀ ਪੇਟੀ ਲੱਗ ਜਾਂਦੀ ਹੈ ਪਿੱਛੇ ਦੇਖਣਾ ਮੁਸ਼ਕਲ ਹੋ ਜਾਂਦਾ ਹਾਂਜੀ ਹਾਂਜੀ ਬਿਲਕੁਲ ਤੇ ਉਹਦੇ ਲਈ ਪ੍ਰੋਵੀਜ਼ਨ ਦਿੱਤੀ ਗਈ ਹੈ ਜਿਹਦੇ ਤੇ ਸਕਰੀਨ ਲਗਾਈ ਗਈ ਹੈ ਭਾਜੀ ਇਹ ਕੀ ਕੰਮ ਕਰ ਦਿੰਦੀ ਸਕਰੀਨ ਆਪਣੀ ਇਹ ਭਾਜੀ ਉਹਦਾ ਵੈਸੇ ਤਾਂ ਸਪੈਸ਼ਲੀ ਬੈਕ ਕੈਮਰੇ ਦੇ ਉੱਤੇ ਯੂਜ਼ ਕੀਤੀ ਆ ਤੇ ਉਹਦਾ ਸਾਈਡ ਦੇ ਉੱਤੇ ਪਾਇਨੀਅਰ ਦਾ ਭਾਜੀ ਓਰੀਜਨਲ ਪਲੇਅਰ ਲੱਗਾ ਹੈ ਡਬਲ ਇਧਰ ਪਲੇਅਰ ਮੈਂ ਦਿਖਾਉਣਾ ਚਾਹੂੰਗਾ ਭਾਜੀ ਦਿਖਾਓ ਪਲੇਅਰ ਆਹ ਦੇਖੋ ਜੀ ਇਹ ਲੱਗਾ ਜੀ ਪਾਇਨੀਅਰ ਦਾ ਪਲੇਅਰ ਇਹ ਓਰੀਜਨਲ ਪਲੇਅਰ ਲੱਗਾ ਇਹਦੇ ਤੇ ਤੁਸੀਂ ਮਤਲਬ ਜੋ ਇਹਦਾ ਆਊਟਪੁੱਟ ਵੀ ਬਹੁਤ ਬੰਬ ਹੈ ਬਾਲਾ ਬਾਲਾ ਕਹਿੰਦਾ ਮਤਲਬ ਇਹ ਅੱਜ ਦੀ ਡੇਟ ਚ ਲੱਭਦਾ ਵੀ ਨਹੀਂ ਨਹੀਂ ਭਾਜੀ ਇਹ 올ਡ ਸੀਰੀਜ਼ ਆ ਵਧੀਆ ਭਾਜੀ ਕਿਹੜਾ ਮਾਡਲ ਹੈ ਇਹ ਭਾਜੀ 416 ਜਾਂ 19 ਬੀਟੀ ਹੋਣਾ ਭਾਜੀ 19 ਬੀਟੀ ਇਹ ਲੱਭਦਾ ਨਹੀਂ ਅੱਜ ਕੱਲ ਨਹੀਂ ਭਾਜੀ ਔਖਾ ਲੱਭਦਾ ਜੀ ਤੇ ਮਤਲਬ ਇਹ ਬਲੈਕ ਚ ਹੀ ਹੈ ਸਮਝੋ ਜਿਹਦਾ ਡੀਐਸਪੀ ਹੈ ਉਹੀ ਹਿਸਾਬ ਇਹਦਾ ਹਾਂਜੀ 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 ਭਾਜੀ ਤੇ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਅੱਜ ਦੀ ਜਿਹੜੀ ਮੇਨ ਅਟਰੈਕਸ਼ਨ ਟਰੈਕਟਰ ਦੀ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਥੋੜਾ ਜਿਹਾ ਸਾਈਡ ਤੇ ਹੋ ਕੇ ਡਾਊਨ ਸੀਲਿੰਗ ਪਲੱਸ ਸਾਹਮਣੇ ਜੱਗੀ ਜਿਹੜੀ ਲੱਗੀ ਹੈ ਐਲਈਡੀ ਸਕਰੀਨ ਮਲਟੀ ਕਲਰ ਦੇ ਵਿੱਚ ਭਾਜੀ ਹਾਂਜੀ ਹਾਂਜੀ ਭਾਜੀ ਮਲਟੀ ਕਲਰ ਵਾਲੀ ਸਕਰੀਨ ਲੱਗੀ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਡਾਊਨ ਸੀਲਿੰਗ ਦਿਖਾਉਣਾ ਚਾਹੁੰਦਾ ਡਾਊਨ ਸੀਲਿੰਗ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਭਾਜੀ ਆਸਟ੍ਰੇਲੀਆ ਦਾ ਸਪੈਸ਼ਲੀ ਮਤਲਬ ਹਾਂਜੀ ਭਾਜੀ ਹੁਣ ਹਾਂਜੀ ਹਾਂਜੀ ਭਾਜੀ ਆਸਟ੍ਰੇਲੀਆ ਆਸਟ੍ਰੇਲੀਆ ਗਿਆ ਕੋਈ ਆਪਣਾ ਹਾਂਜੀ ਹਾਂਜੀ ਕੌਣ ਵਾਈਫ ਹੈ ਮੇਰੀ ਭਾਜੀ ਅੱਛਾ ਤੁਹਾਡੇ ਸਾਡੇ ਭਾਬੀ ਉੱਥੇ ਨੇ ਮਤਲਬ ਤੇ ਉੱਥੋਂ ਆਸਟ੍ਰੇਲੀਆ ਦਾ ਭਾਜੀ ਨੇ ਨਾਲ ਟੱਚ ਦਿੱਤਾ ਪੂਰਾ ਇਹ ਡਾਊਨ ਸੀਲਿੰਗ ਬਹੁਤ ਸੋਹਣੀ ਤਿੰਨ ਕਲਰ ਦੇ ਵਿੱਚ ਤਿਆਰ ਕੀਤੀ ਗਈ ਹੈ ਵਾਈਟ ਯੈਲੋ ਬਲੈਕ ਤੇ ਇੱਕ ਜਿਹੜਾ ਸਪੀਕਰਸ ਤੇ ਵਰਕ ਕੀਤਾ ਗਿਆ ਜਿੱਥੇ 70 ਕੱਪੜਾ ਲਗਾਇਆ ਗਿਆ ਉੱਥੇ ਰੈੱਡ ਕਲਰ ਯੂਜ਼ ਕੀਤਾ ਗਿਆ ਰੈੱਡ ਥਰੈਡ ਯੂਜ਼ ਕੀਤਾ ਗਿਆ ਬਹੁਤ ਸੋਹਣੀ ਡਾਊਨ ਸੀਲਿੰਗ ਹੈ ਯਾਰ ਮਜ਼ਾ ਆਇਆ ਭਾਜੀ ਬਟਨ ਲਾਈਟਸ ਵੀ ਲੱਗੀਆਂ ਹਾਂਜੀ ਹਾਂਜੀ ਭਾਜੀ ਬਲੂ ਕਲਰ ਆਪਾਂ ਔਨ ਕਰੀਏ ਇੱਕ ਵਾਰੀ ਹਾਂਜੀ ਹਾਂਜੀ ਭਾਜੀ ਕਰਿਓ ਬਟਨ ਲਾਈਟਸ ਔਨ ਕਰਿਓ ਇੱਕ ਵਾਰੀ ਤੇ ਸਭ ਤੋਂ ਪਹਿਲੇ ਤੁਸੀਂ ਇਹ ਵੀ ਦੇਖ ਸਕਦੇ ਨਾਲ ਨਾਲ ਇਹ ਲਓ ਜੀ ਵਾਈਟ ਕਲਰ ਦੀਆਂ ਬਟਨ ਲਾਈਟਸ ਲੱਗੀਆਂ ਨੇ ਤੇ ਸਾਰੀ ਲਾਈਟਿੰਗ ਔਨ ਹੋ ਚੁੱਕੀ ਹੈ ਡਾਊਨ ਸੀਲਿੰਗ ਵਾਲੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਮੇਜ਼ਿੰਗ ਵਰਕ ਦੇ ਨਾਲ ਹੈ ਯਾਰ ਸੋਹਣਾ ਕੰਮ ਹੈ ਤੇ ਕੋਈ ਵੀ ਵਾਇਰ ਕੁਛ ਵੀ ਇੰਨਾ ਤਾਮ ਜਾਮ ਲਾਉਣ ਤੋਂ ਬਾਅਦ ਵੀ ਇੰਨਾ ਹੈਵੀ ਸਿਸਟਮ ਲਾਉਣ ਤੋਂ ਬਾਅਦ ਵੀ ਕੋਈ ਤੁਹਾਨੂੰ ਵਾਇਰਿੰਗ ਐਕਸੈਸ ਨਜ਼ਰ ਨਹੀਂ ਆ ਰਹੀ ਹੋਏਗੀ ਬਾਹਰ ਬਿਲਕੁਲ ਸਾਰੀ ਵਾਇਰਿੰਗ ਅੰਦਰ ਇੱਕ ਸੋਹਣਾ ਕੰਮ ਸੋਹਣੇ ਪੈਸਿਆਂ ਦੇ ਨਾਲ ਬਹੁਤ ਘੱਟ ਰੇਂਜ ਦੇ ਵਿੱਚ ਵਧੀਆ ਕੰਮ ਕੀਤਾ ਜਾਂਦਾ ਗਿਲਕਾਰ ਆਡੀਓ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਫਰੰਟ ਸਾਈਡ ਤੇ 4 ਲੱਗੇ ਨੇ ਪਾਇਨੀਅਰ ਦੇ ਚੈਂਪੀਅਨ ਸੀਰੀਜ਼ ਦੇ ਓਵਲ 4 ਲੱਗੇ ਨੇ ਅਲਪਾਈਨ ਦੇ ਸਬ ਵੂਫਰ ਫਰੰਟ ਸਾਈਡ ਤੇ ਉਸ ਤੋਂ ਬਾਅਦ ਜਿਹੜਾ ਫਰੇਮ ਬਣਾ ਦਿੱਤਾ ਗਿਆ ਨਾ ਇਹ ਲੁੱਕ ਬਹੁਤ ਘੈਂਟ ਬਹੁਤ ਸੋਹਣਾ ਇੱਕ ਛੋਟਾ ਜਿਹਾ ਪਾਰਟ ਹੈ ਜਿਹੜਾ ਫਰੇਮ ਲਾਇਆ ਗਿਆ ਸਬ ਵੂਫਰ ਦੇ ਅੱਗੇ ਪਰ ਬਹੁਤ ਸੋਹਣਾ ਲੱਗ ਰਿਹਾ ਜੱਚ ਰਿਹਾ ਕੰਮ ਪੂਰਾ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇਸ ਤੋਂ ਬਾਅਦ ਆਪਾਂ ਬੈਕ ਸਾਈਡ ਤੇ ਜਦੋਂ ਜਾਣ ਲੱਗਦੇ ਹਾਂ ਨਾ ਤੇ ਪੇਟੀ ਦੇਖ ਸਕਦੇ ਹੋ ਤੁਸੀਂ ਕਿ ਬੈਕ ਸਾਈਡ ਤੋਂ ਕਿੰਨੀ ਸੋਹਣੀ ਡਿਜ਼ਾਈਨ ਕੀਤੀ ਗਈ ਹੈ ਪੀਟਰ ਬੈਲਟ ਲਿਖਿਆ ਹੀ ਨਹੀਂ ਪੀਟਰ ਬੈਲਟ ਬਣਾ ਵੀ ਦਿੱਤਾ ਭਰਾ ਨੇ ਡਿਜ਼ਾਈਨ ਕਰਕੇ ਭਾਜੀ ਸਾਰੀ ਡਿਜ਼ਾਈਨਿੰਗ ਆਪਣੀ ਹਾਂਜੀ ਭਾਜੀ ਆਪਣੀ ਘੈਂਟ ਕੰਮ ਕੀਤਾ ਜੀ ਲਾਈਟ ਦਿੱਤੀ ਗਈ ਰੈੱਡ ਦੇ ਨਾਲ ਬਲੂ ਦਾ ਟੱਚ ਦੇ ਕੇ ਮਤਲਬ ਬਹੁਤ ਸੋਹਣਾ ਕੰਮ ਇਹ ਸਾਰਾ ਦਾ ਸਾਰਾ ਦੇਖ ਸਕਦੇ ਹੋ ਤੁਸੀਂ ਸ਼ੇਰ ਖਾਨ ਨਾਲ ਲਾ ਕੇ ਪੂਰੀ ਯੰਕੀ ਕੰਮ ਕਰਤਾ ਅਤੇ ਇਸ ਤੋਂ ਬਾਅਦ ਦੇਖੋ ਜੀ ਤੁਸੀਂ ਸਪਿਨਰ ਭਾਜੀ ਇਹ ਸਪਿਨਰ ਦੀ ਕਾਢ ਕਿੱਥੋਂ ਕੱਢੀ ਇਹ ਭਾਜੀ ਆਪਣੇ GNW ਅਮਨ ਭਾਜੀ ਅਮਨ ਭਾਜੀ ਨੇ ਹਾਂਜੀ ਹਾਂਜੀ ਅਮਨ ਭਰਾ ਸਾਡਾ ਆਲਵੇਜ਼ ਅੱਤ ਕੰਮ ਕਰਦਾ ਹਾਂਜੀ ਬਿਲਕੁਲ ਘੈਂਟ ਕੰਮ ਕਰਦਾ ਕਰੋਮ ਦਾ ਕਰੋਮ 'ਚ ਜੇ ਮੈਂ ਕਹਾਂ ਨੰਬਰ 1 ਤੇ ਫਿਰ ਅਮਨ ਭਰਾ ਹੀ ਹੈ ਹਾਂਜੀ ਤੇ ਸਟੀਅਰਿੰਗ ਵੀ ਉਹਨਾਂ ਦਾ ਹੀ ਸਟੀਅਰਿੰਗ ਵੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸਟੀਅਰਿੰਗ ਵੀ ਸਾਡੇ ਅਮਨ ਭਰਾ ਨੇ GNW ਵਾਲੇ ਨੇ ਲਾਇਆ ਫਗਵਾੜੇ ਤੋਂ ਸਾਡਾ ਭਰਾ ਵਾ ਉਹਦਾ ਨੰਬਰ ਵੀ ਮੈਂ ਡਿਸਕ੍ਰਿਪਸ਼ਨ 'ਚ ਛੱਡ ਦਾਂਗਾ ਤੁਸੀਂ ਜੇ ਕੋਈ ਕਰੋਮ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਕਰਾ ਸਕਦੇ ਹੋ ਭਰਾ ਤੋਂ ਹਾਂਜੀ 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 ਤੇ ਅਮਨ ਭਰਾ ਐਂਡ ਕਰਾਉਂਦਾ ਪੂਰੀ ਸੋਹਣਾ ਕੰਮ ਭਰਾ ਦਾ ਮਤਲਬ ਭਰਾ ਨਾ ਜੇ ਮੈਂ ਕਹਾਂ ਨਾ ਨਾਮ ਕਰੋਮ 'ਚ ਨੰਬਰ 1 ਹੀ ਹੈ ਉਸ ਤੋਂ ਉੱਤੇ ਕੋਈ ਨਹੀਂ ਹੈਗਾ ਕਰੋਮ 'ਚ ਤੇ ਬੈਕ ਸਾਈਡ ਵਾਲੀਆਂ ਲਾਈਟਾਂ ਭਾਜੀ ਫਾਰਮ ਟਰੈਕ ਵਾਲੀਆਂ ਹਾਂਜੀ ਭਾਜੀ ਫਾਰਮ ਟਰੈਕ ਇਹੀ ਜਚਦੀਆਂ ਭਾਜੀ ਸਾਰੇ ਟਰੈਕਟਰ ਨੂੰ ਨਾ ਮੋਸਟ ਆਫ ਦਾ ਟਾਈਮ ਤੇ ਆਓ ਜੀ ਹੁਣ ਤੁਹਾਨੂੰ ਮੈਂ ਦਿਖਾਉਣ ਲੱਗਾ ਬੈਕ ਸਾਈਡ ਵਾਲਾ ਧਮਾਕਾ ਮਤਲਬ ਜ਼ਬਰਦਸਤ ਵਾਲਾ ਸਭ ਤੋਂ ਪਹਿਲਾਂ ਤੁਸੀਂ ਫਾਈਬਰ ਹੁੱਡ ਤੇ ਦੇਖ ਸਕਦੇ ਹੋ ਜਿਹੜੀਆਂ ਰਿਫਲੈਕਟਰ ਲਾਈਟਸ ਨੇ ਪਰ ਇਹ ਮੈਟ੍ਰਿਕਸ ਦੇ ਵਿੱਚ ਹੈ ਹਾਂਜੀ ਭਾਜੀ ਮੈਟ੍ਰਿਕਸ ਰਨ
उस तो बाद देखो जी पेटी का काम सोहना हजे काम शुरू होया म्यूजिक सिस्टम का दिखा जा रहा नीचे देखो मैं भरा कहूँगा नीचे दिखाने लिए चैक करो जी चार चैंपियन सीरीज़ 12-11 D4 नीचे भी लगे है चार तो दो छे बैकसाइड तो हो गए जी तो दो चार तो दो छे बैकसाइड तो हो गए चार हो गए फ्रंट साइड से 10 सबवूफर तुम्हें गिना दिए गए स्पीकर से लगे ने चार ओवल चार राउंड स्पीकर 8 स्पीकर हो गए 8 स्पीकर से 10 सबवूफर ट्रैक्टर तैयार किया गया गिल कार ऑडियो तो पेटी का डिजाइन चैक करो जी ए जो नाइट टाइम के उत्ते लाइट्स इधर रेड चल रही इधर ब्लू चल रही यह भी तुम स्काई ब्लू कलर दाइट्स देख रहे हो मतलब जो नाइट टाइम के जो मैं शॉट मिले मैं जरूर एड करूँगा बहुत यंकी तो बहुत सोहना ट्रैक्टर लगता है इन्नी हैवी लुक के इस ट्रैक्टर अपने आप से संभालना एक बहुत मुश्किल हो जाता पर इन टाइम तो बहुत लगता होना यार इन्ना ताम जाम सारा तैयार पेटी तैयार करनी वायरिंग तैयार करनी सारी लाइनी टाइम थोड़ा जहा लगता ही है जी लग जाता तो ट्रैक्टर यार जो पैसे लगे होंगे ना अपने मुँह बोलता है कि वाकई इस चीज़ के उत्ते खर्च किया गया तुम देखो से कि मतलब ह्यूज लुक के ट्रैक्टर तैयार कर दिता गया तो मॉडिफाइड क्लब का काम है तुम्हारे लिए एक इनफॉर्मेशन लैके आना गिल भाजी आप कुछ होर तो नहीं मिस कर रहे नहीं भाजी बाकी सारा डन ही है जी भाजी एक फ्लोर आप जी थले आओ दिखाओ प्लीज जी फ्लोर दे भाजी और ये फ्लोर देखो जी फ्लोर जो है अभी भाजी ने अभी तुम तैयार किया सारा जी हाँ जी भाजी सारा अपने तो लो जी मैं थोड़ा बोला चैक करो जी फ्लोर का काम चैक करो ए देखो ਇਹ ਦੇਖੋ ਮਤਲਬ ਤੁਹਾਡੇ ਕੰਮ ਦੇ ਅਕੋਰਡਿੰਗ ਤੁਹਾਡੇ ਪੈਸਿਆਂ ਦੇ ਅਕੋਰਡਿੰਗ ਕੰਮ ਤੁਸੀਂ ਜੋ ਮਰਜ਼ੀ ਕਰਾ ਲਓ ਬਿਲਕੁਲ ਬਿਲਕੁਲ ਏ ਟੂ ਜ਼ੈਡ ਸਾਰਾ ਕੰਮ ਹਾਂਜੀ ਭਾਜੀ ਤੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਨਹੀਂ ਕਿ ਕੋਈ ਕੰਮ ਗਿੱਲ ਭਰਾ ਨਹੀਂ ਕਰਦਾ ਤੇ ਆਪਾਂ ਕਿਤੋਂ ਬਾਹਰੋਂ ਕਰਾ ਤੁਸੀਂ ਸਿਰਫ ਟਰੈਕਟਰ ਖੜਾ ਕਰੋ ਭਰਾ ਬਿਲਕੁਲ ਜਾਇਜ਼ ਰੇਟ ਦੇ ਵਿੱਚ ਜਿਹੜਾ ਕੰਮ ਆਪ ਨਹੀਂ ਵੀ ਕਰਦਾ ਉਹ ਵੀ ਤੁਹਾਨੂੰ ਕਰਾ ਕੇ ਦਊਗਾ ਇਸ ਤੋਂ ਬਾਅਦ ਮੈਂ ਇੱਕ ਚੀਜ਼ ਹੋਰ ਦੇਖ ਲਈ ਆਓ ਜਰਾ ਟਰੈਕਟਰ ਦੇ ਬਾਰੇ ਜਿੰਨੀ ਵਾਰੀ ਘੁੰਮੀ ਜਾਊਂਗਾ ਨਵੀਂ ਚੀਜ਼ ਦੇਖਣ ਨੂੰ ਮਿਲਣੀ ਆ ਸਾਰੀ ਚੈਸੀ ਲਾਈਟ ਦੇਖੋ ਨੀਚੇ ਨੀਚੇ ਤੋਂ ਚੈਸੀ ਲਾਈਟ ਦੇਖੋ ਜੀ ਸਾਰੀ ਦੀ ਸਾਰੀ ਭਾਜੀ ਕਿੰਨੀਆਂ ਲਾਈਟਾਂ ਲੱਗੀਆਂ ਹੋਣੀਆਂ ਚੈਸੀ ਇਹ ਭਾਜੀ 80 ਕੁ ਲਾਈਟਾਂ ਲਾਈਆਂ ਆ ਭਾਜੀ ਥੱਲੇ 80 ਲਾਈਟਾਂ ਹਾਂਜੀ ਭਾਜੀ ਜ਼ਬਰਦਸਤ ਮਤਲਬ ਨਾਈਟ ਵਿਊ ਜੇ ਮਿਲ ਜਾਵੇ ਮੈਂ ਕਹਿੰਦਾ ਐਂਡੀ ਕਰਾ ਦੇਣੀ ਇਹਨੇ ਤੇ ਵਾਟਰਪਰੂਫ ਆ ਓਰੀਜਨਲ ਹੀ ਹੋਊਗੀ ਭਾਜੀ ਕੋਈ ਐ ਨਹੀਂ ਹੈਗਾ ਸਾਰੀ ਵਾਟਰਪਰੂਫ ਹਾਂਜੀ ਵਾਟਰਪਰੂਫ ਤੇ ਆਪਾਂ ਇੱਕ ਵਾਰੀ ਬੈਕ ਸਾਈਡ ਤੇ ਟਰੈਕਟਰ ਤੇ ਫਿਰ ਚੱਲਦੇ ਆ ਜਿੱਥੇ ਮੈਂ ਤੁਹਾਨੂੰ ਬੈਕ ਸਾਈਡ ਤੇ ਬੈਕ ਕੈਮਰਾ ਆਪਾਂ ਮਿਸ ਕਰ ਗਏ ਆ ਉਹ ਜ਼ਰੂਰ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਉਹ ਦੇਖੋ ਜੀ ਸੈਂਟਰ 'ਚ ਲੱਗਾ ਬੈਕ ਕੈਮਰਾ ਬੈਕ ਕੈਮਰਾ ਵੀ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਮਤਲਬ ਇਹ ਨਹੀਂ ਕਿ ਗੱਲਾਂ ਕਰਨ ਨੂੰ ਹੈ ਅਸੀਂ ਕੰਮ ਕਰਕੇ ਦਿਖਾਇਆ ਹਾਂਜੀ 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 ਭਾਜੀ ਤੇ ਕੰਮ ਯੰਕੀ ਭਰਾ ਦਾ ਸਾਰਾ ਦਾ ਸਾਰਾ ਟਰੈਕਟਰ ਤੁਹਾਨੂੰ ਦਿਖਾ ਚੁੱਕੇ ਆ ਗਿੱਲ ਭਰਾ ਨੂੰ ਮਿਲ ਕੇ ਮਜ਼ਾ ਆਇਆ ਬੰਦਾ ਬਿਲਕੁਲ ਇੱਕ ਨੰਬਰ ਘੈਂਟ ਭਰਾ ਸਾਡਾ ਤੇ ਮੈਂ ਨਹੀਂ ਕਹੂੰਗਾ ਯਾਰ ਤੁਸੀਂ ਵੱਧ ਚੜ ਕੇ ਸਾਰੇ ਕੰਮ ਭੇਜ ਦਿਓ ਸਭ ਕੁਝ ਭੇਜੋ ਪਰ ਤਸੱਲੀ ਤੁਸੀਂ ਦੇਖਿਓ ਕਿ ਵਾਕਈ ਮਾਰਕੀਟ ਨਾਲੋਂ ਰੇਟ ਡਿਫਰੈਂਸ ਪਲੱਸ ਕੁਆਲਿਟੀ ਦੋਨੋਂ ਆਪ ਮਿਲਣਗੀਆਂ ਮਤਲਬ ਤੁਹਾਨੂੰ ਜਿਹੜਾ ਕੁਆਲਿਟੀ ਮਿਲੇਗੀ ਇੱਕ ਨੰਬਰ ਅਤੇ ਰੇਟ ਭਰਾ ਦਾ ਮਾਰਕੀਟ ਨਾਲੋਂ 110% ਮੈਂ ਗਰੰਟੀ ਲੈਂਦਾ 15-20% ਪੈਸੇ ਤੁਹਾਡੇ ਬਚਣਗੇ ਮਤਲਬ ਲੱਖ ਮਗਰ 15-20 ਰੁਪਏ ਤੁਹਾਡਾ ਬਚੂਗਾ ਹੀ ਬਚੂਗਾ ਮੇਰੀ ਗਰੰਟੀ ਹੈ ਤੁਸੀਂ ਗਿੱਲ ਭਰਾ ਕੋ ਆਓ ਅਤੇ ਪਿਆਰ ਦਿਓ ਭਰਾ ਨੂੰ ਅਤੇ ਸਪੈਸ਼ਲੀ ਟਿਊਨਿੰਗ ਦੇ ਵਿੱਚ ਭਰਾ ਸਾਡਾ ਨੰਬਰ 1 ਆ ਮਤਲਬ ਡਾਊਨ ਸੀਲਿੰਗ ਮਿਊਜ਼ਿਕ ਸਿਸਟਮ 'ਚ ਤਾਂ ਭਰਾ ਆਇਆ ਹੀ ਨੰਬਰ 1 ਜੀ ਭਾਜੀ ਅਤੇ ਜ਼ਰੂਰ ਪਿਆਰ ਦਈਓ ਭਰਾ ਦਾ ਐਡਰੈਸ ਅਤੇ ਇੱਕ ਵਾਰੀ ਫੋਨ ਨੰਬਰ ਆਪਾਂ ਪੁੱਛਦੇ ਹਾਂ ਭਾਜੀ 8872590445 ਅਤੇ ਐਡਰੈਸ ਭਾਜੀ ਹੈਗਾ ਆਪਣਾ BPO ਸੜੋਆ ਭਾਜੀ BPO ਸੜੋਆ ਜੀ ਅਤੇ ਗੂਗਲ ਮੈਪ ਦੀ ਲੋਕੇਸ਼ਨ ਵੀ ਮੈਂ ਇੱਥੇ ਪਾ ਦਾਂਗਾ ਨੰਬਰ ਪੂਰੀ ਵੀਡੀਓ 'ਚ ਫਲੈਸ਼ ਹੁੰਦਾ ਨਜ਼ਰ ਆਏਗਾ ਤੁਹਾਨੂੰ ਤੁਸੀਂ ਕਾਲ ਕਰੋ ਭਰਾ ਨੂੰ ਅਤੇ ਕੋਈ ਵੀ ਸਲਾਹ ਲੈਣਾ ਚਾਹੁੰਦੇ ਤੁਸੀਂ ਇੱਥੇ ਨਹੀਂ ਨਾ ਪਹੁੰਚ ਸਕਦੇ ਤਾਂ ਸਲਾਹ ਲੈ ਲਓ ਭਰਾ ਤੋਂ ਭਰਾ ਤੁਹਾਨੂੰ ਕੋਰੀਅਰ ਵੀ ਕਰਾ ਦੂਗਾ ਜੇ ਤੁਹਾਡੇ ਏਰੀਏ 'ਚ ਤੁਹਾਨੂੰ ਕੋਈ ਜਗ੍ਹਾ ਚੀਜ਼ ਚਾਹੀਦੀ ਹੈ ਜਿੱਦਾਂ ਡਾਊਨ ਸੀਲਿੰਗ ਛੱਤਰੀ ਚਾਹੀਦੀ ਕੁਛ ਚਾਹੀਦਾ ਸਿਸਟਮ ਚਾਹੀਦਾ ਸਿਸਟਮ ਦਾ ਸਮਾਨ ਚਾਹੀਦਾ ਤੁਹਾਨੂੰ ਕੋਰੀਅਰ ਵੀ ਕਰਾ ਦਿੱਤਾ ਜਾਊਗਾ ਭਰਾ ਨਾਲ ਕੰਟੈਕਟ ਕਰੀਓ ਜਾਇਜ਼ ਰੇਟ ਦੇ ਉੱਤੇ ਵਧੀਆ ਟਰੈਕਟਰ ਤਿਆਰ ਕਰਕੇ ਦਊਗਾ ਭਰਾ ਭਰਾ ਤਸੱਲੀ ਆਪਣੀ ਵੀਰੇ ਪਾ ਹਾਂਜੀ ਭਾਈ ਪੂਰੀ ਪੂਰੀ ਐਂਡ ਭਾਜੀ ਤਸੱਲੀ ਆਪਣੀ ਚਲੋ ਜੀ ਅਤੇ ਇੱਦਾਂ ਹੀ ਯਾਰ ਬਸ ਤੁਸੀਂ ਪਿਆਰ ਦਿੰਦੇ ਰਹੀਓ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੀਓ ਜੇ ਨਹੀਂ ਕੀਤਾ ਹਜੇ ਤੱਕ ਤਾਂ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੀਓ ਮਿਲਦੇ ਰਹਾਂਗੇ ਯਾਰ ਵਧੀਆ ਵਧੀਆ ਵੀਡੀਓ ਲੈ ਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਕਿਉਂਕਿ ਵੀਡੀਓਜ਼ ਇੱਕ ਤੋਂ ਇੱਕ ਘੈਂਟ ਆਉਣ ਲੱਗੀਆਂ ਜੀ ਭਾਜੀ ਬਿਲਕੁਲ ਜੀ ਬਿਲਕੁਲ ਪੂਰਾ ਗਾ ਪਾਵਾਂਗੇ ਰੱਜ ਕੇ ਪਾਵਾਂਗੇ ਪਿੱਛੇ ਨਹੀਂ ਹਟਦੇ ਜਲਦੀ ਜਲਦੀ ਸ਼ੇਅਰ ਅਤੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਮਿਲਦੇ ਰਹਾਂਗੇ ਅਗਲੀ ਵੀਡੀਓ ਥੈਂਕ ਯੂ ਸੋ ਮਚ ਲਵ ਯੂ ਆਲ ਟੇਕ ਕੇਅਰ ਗੁੱਡ ਬਾਏ